देखा जाके तंदूरत पाया के नहीं। ओहो सिर च पा दे इनू मेरे मारू गिच्ची च। इत्थे खड़ा प्लेटां दे पूंजी जाई आ तंदूर नहीं तपाया अज। तंदूरिया तो जाया नहीं बीबी जी। फिर गाका नू कली सब्जी ही खवा दियो। आ गोल्डी ने उठाया हले तई सुत्ता ही पिया। ओनू ओदी मां उठा सकदी आ। साडे तां मरदा लत्तां। बेड़ा तरजे इहो जे दा पता नहीं नौ नौ घंटे इको पासे ते किवें सुत्ता रहिंदा। इहदा पासा भी नहीं सौंदा। माता चंगा कीता याद कराता ई। मैं भी सोची जांदा सी कुछ भुल गया। ਸਾਲਾ ਪਾਸਾ ਲੈਣਾ ਹੀ ਭੁੱਲ ਗਿਆ ਸੀ। ਫਟੇ ਮੂੰਹ ਤੇਰਾ ਇਹੋ ਜੇ ਦਾ ਬਸ਼ਰਮਾ ਦੀ ਡੁੱਲ ਗਈ ਦਾਲ। ਅਖੇ ਯਾਰ ਤਾਂ ਡੋਲ ਕੇ ਹੀ ਖਾਂਦੇ ਹੁੰਦੇ ਆ। ਮਾਤਾ ਇਹਨਾਂ ਦੇ ਵੈਸੇ ਕੁਕੜੀ ਆਂਡਾ ਦੇ ਕੇ ਨਹੀਂ ਕੁੜਕੁੜ ਕਰਦੀ ਜੇ ਨਾ 24 ਘੰਟੇ ਤੂੰ ਕੁੜਕੁੜ ਕਰਦੀ ਆ। ਆ ਜੰਮਿਆ ਸੀ ਕਿ ਗੰਦਾ ਆਂਡਾ ਜੀ ਜੋ ਅੱਕ ਲੈਣਾ ਚੂਚਾ ਨਿਕਲਿਆ। ਜਿਸ ਦਿਨ ਇਹ ਚੂਚਾ ਕੁਕੜ ਬਣ ਗਿਆ ਨਾ ਇਸ ਕੁਕੜ ਦੀਆਂ ਬਾਂਗਾਂ ਸਾਰਾ ਸੰਸਾਰ ਸੁਣੇਗਾ। ਬੇ ਤੂੰ ਖੜਾ ਹੋ ਜਾ ਤੰਦੂਰੀਆ ਨਹੀਂ ਆਇਆ ਤੰਦੂਰ ਤਪਾਲਾ ਉੱਠ ਕੇ। ਵਾਹ ਦੁਨੀਆ ਦੀਆਂ ਮਾਵਾਂ ਆਪਣੇ ਪੁੱਤ ਨੂੰ ਰੋਟੀ ਖਾਣ ਲਈ ਉਠਾਉਂਦੀਆਂ ਨੇ। ਆ ਪਹਿਲੀ ਮਾਂ ਹੈ ਜਿਹੜੀ ਪੁੱਤ ਨੂੰ ਉਠਾਉਂਦੀ ਹੈ ਰੋਟੀ ਪਕਾਉਣ ਲਈ। ਔਰ ਤੈਨੂੰ ਪਤਾ ਮਾਤਾ ਮੇਰੇ ਵਰਗੀ ਕੰਪੋਜੀਸ਼ਨ ਕੋਈ ਨਹੀਂ ਬਣਾਉਂਦਾ ਇੱਥੇ। ਵੇ ਮੇਰੇ ਕਲੇਜੇ 'ਚ ਤਾਂ ਉਦਣ ਠੰਡ ਪਊਗੀ ਜਿੱਦਾਂ ਤੂੰ ਕਹੇਗਾ। ਮਾਤਾ ਮੇਰੇ ਵਰਗੀ ਭਿੰਡੀ ਕੋਈ ਨਹੀਂ ਬਣਾਉਂਦਾ। ਮਾਤਾ ਤੂੰ ਸਮਝਦੀ ਨਹੀਂ ਕੰਮ ਮੇਰਾ ਵੀ ਢਾਬੇ ਵਾਲਾ ਹੀ ਹੈ। ਲੋਕਾਂ ਦੇ ਲਿਖੇ ਗੀਤਾਂ ਨੂੰ ਮੈਂ ਆਪਣੇ ਸੰਗੀਤ ਦਾ ਤੜਕਾ ਲਾਉਣਾ। ਸਭ ਜਾਣਦੀ ਆ ਮੈਂ ਜਿਹੇ ਜਾ ਵੇਲੜ ਤੂੰ ਉਹੇ ਜਾ ਤੇਰਾ ਬਾਂਦਰ ਜਾ ਲਖਾਰੀ ਯਾਰ ਸ਼ਵਿੰਦਰ। ਉਹ ਮੇਰੇ ਟੈਲੈਂਟ ਦੀ ਕਦਰ ਕਰਦਾ। ਤੈਨੂੰ ਪਤਾ ਕਿੰਨੀ ਇੱਜ਼ਤ ਕਰਦਾ ਮੇਰੀ ਉਹ। ਗੋਲਡੀ ਗੋਲਡੀ ਉਹ ਗੋਲਡੀ ਸਾਲਿਆ ਕੁੱਤਿਆ ਕਮੀਨਿਆ ਜੀ ਕਰਦਾ ਤੇਰੇ ਕੰਨ ਤੇ ਚੱਪੜ ਮਾਰਾਂ ਮੈਂ। ਉਹ ਆਂਟੀ ਸਤਿ ਸ਼੍ਰੀ ਅਕਾਲ। ਵਾਹ ਜੇ ਇਹਨੂੰ ਇੱਜ਼ਤ ਕਹਿਣਾ ਨਾ ਫੇਰ ਨਹੀਂ ਤੈਨੂੰ ਕਦੇ ਬੇਇੱਜ਼ਤੀ ਮਹਿਸੂਸ ਹੋਣੀ। ਸਤਿ ਸ਼੍ਰੀ ਅਕਾਲ ਜੀ। ਪਹਿਲੀ ਵੀ ਸੁਣ ਗਈ ਸੀ ਵੇਲੜ ਕਿਸੇ ਥੋਂ। ਕੀ ਹੋਇਆ ਉਹ ਤੇਰਾ ਪ੍ਰੋਡਿਊਸਰ ਪਤਾ ਮੈਂ ਤੂੰ ਆਪਣੀ ਘਰਵਾਲੀ ਨੂੰ ਮੈਸੇਜ ਲਿਖਾਉਣ ਨੂੰ ਫਿਰਦਾ ਸੀ। ਤੇ ਕੀ ਪ੍ਰੋਬਲਮ ਹੈ ਤੈਨੂੰ? ਉਹ ਪ੍ਰੋਡਿਊਸਰ ਦੀ ਘਰਵਾਲੀ ਨੂੰ ਲੋਕੀ ਮੁਫਤੀ ਮੈਸੇਜ ਲਿਖਣ ਨੂੰ ਤਰਸਦੇ ਆ। ਹੈਲੋ ਮੈਮ, ਗੁੱਡ ਮਾਰਨਿੰਗ ਮੈਮ, ਤੈਨੂੰ ਤੇ ਅਗਲਾ ਪੈਸੇ ਦੇ ਰਿਹਾ ਸੀ। ਉਹ ਤੂੰ ਬਕਵਾਸ ਬੰਦ ਕਰ। ਮੈਨੂੰ ਐ ਸੀ ਮੇਰਾ ਕੋਈ ਗਾਣਾ ਖਰੀਦੂਗਾ, ਮੈਂ ਆਪਦੇ ਘਰ ਦਾ ਰੈਂਟ ਭਰੂੰਗਾ। ਹੁਣ ਫੇਰ ਮੈਨੂੰ ਘਰੇ ਆਪਦੇ ਚੋਰੀ ਛਿਪੇ ਜਾਣਾ ਪੈਣਾ। ਨਿੱਕੇ ਹੁੰਦਿਆਂ ਨੂੰ ਨਾ ਘਰ ਦੇ ਕਹਿੰਦੇ ਹੁੰਦੇ ਸੀ ਵੀ ਪੁੱਤ ਰੋ ਨਾ, ਤੈਨੂੰ ਹੋਰ ਲੈ ਦੇਵਾਂਗੇ। ਮੈਂ ਵੀ ਇਹੀ ਕਹਿ ਸਕਦਾ ਤੈਨੂੰ ਵੀ ਹੋਰ ਲੈ ਦੇਵਾਂਗੇ ਭਰਾਵਾ। ਓਏ ਉਹ ਮੇਰੀ ਵਾਈਫ ਹੈ, ਕੋਈ ਪਤੰਗ ਨਹੀਂ ਆਈ ਬੋ ਹੋਗੀ, ਹੋਰ ਲੈ ਦਾਂਗੇ। ਮੇਰੀ ਬੇਟੀ ਵੀ ਉਹਦੇ ਕੋਲ ਆ, ਮੈਂ ਉਹਨਾਂ ਬਿਨਾਂ ਨਹੀਂ ਰਹਿ ਸਕਦਾ ਯਾਰ। ਨਾਲ ਤੈਨੂੰ ਰਹਿਣਾ ਨਹੀਂ ਆਇਆ, ਬਿਨਾਂ ਤੂੰ ਰਹਿ ਨਹੀਂ ਸਕਦਾ, ਕੀ ਕਰੀਏ ਤੇਰਾ ਫਿਰ? ਪਲੀਜ਼ ਤੁਸੀਂ ਇੱਕ ਡਰਾਈਵਰ ਅਰੇਂਜ ਕਰ ਦਿਓ ਤਾਂ ਕਿ ਮੈਂ ਮਨਨ ਨੂੰ ਟਾਈਮ ਸਿਰ ਸਕੂਲ ਛੱਡ ਕੇ ਤੇ ਲੈ ਕੇ ਆ ਸਕਾਂ। ਮੈਂ ਡਰਾਈਵਰ ਬਣੂੰਗਾ। ਵਾਹ, ਉਹ ਵਿਛੋੜੇ 'ਚ ਲੋਕ ਸ਼ਰਾਬੀ ਬਣਦੇ ਦੇਖੇ, ਮਜਨੂੰ ਬਣਦੇ ਦੇਖੇ। ਆ ਪਹਿਲਾ ਬੰਦਾ ਜਿਹੜਾ ਕਹਿੰਦਾ ਮੈਂ ਡਰਾਈਵਰ ਬਣੂੰਗਾ। ਉਹ ਮੈਂ ਆਪਣੇ ਸਹੁਰਿਆਂ ਦੇ ਡਰਾਈਵਰ ਬਣੂੰਗਾ। ਸਕੂਲ 'ਚ ਨਹੀਂ, ਤੂੰ ਕਹਿ ਰਹੀ ਸੀ ਵੀ ਡਰਾਈਵਰ ਰੱਖ ਲਓ, ਉਹੀ ਮਨਨ ਨੂੰ ਸਕੂਲ ਛੱਡ ਕੇ ਆਇਆ ਕਰੂ ਅਤੇ ਉਹੀ ਲੈ ਕੇ ਆਇਆ ਕਰੂ। ਚਲੋ ਗੱਲ ਤਾਂ ਠੀਕ ਹੈ, ਪਰ ਤੈਨੂੰ ਕਿਉਂ ਡਰਾਈਵਰ ਰੱਖਣਗੇ ਉਹ? ਤੂੰ ਤਾਂ ਉਹਨਾਂ ਦੀ ਚੰਗੀ ਭਲੀ ਹੱਸਦੀ ਖੇਡਦੀ ਕੁੜੀ ਗੈਰੇਜ 'ਚ ਲਾਤੀ, ਤੈਨੂੰ ਆਪਣੀ ਗੱਡੀ ਦੇਣਗੇ ਚਲਾਉਣ ਨੂੰ ਹੁਣ? ਜੇ ਸ਼ਵਿੰਦਰ ਦੀ ਥਾਂ 'ਤੇ ਉਹਨਾਂ ਦੇ ਘਰੇ ਜਾਵੀ ਸਤਨਾਮ ਸਿੰਘ, ਫਿਰ? ਉਹ ਕੌਣ? ਮੈਂ। ਮਤਲਬ? ਮੈਂ ਹੀ ਸਤਨਾਮ ਸਿੰਘ ਬਣ ਕੇ ਜਾਊਂਗਾ, ਆਪਣੀ ਵਾਈਫ ਅਤੇ ਆਪਣੀ ਬੇਟੀ ਨੂੰ ਮਨਾ ਕੇ ਘਰੇ ਵਾਪਸ ਲੈ ਕੇ ਆਊਂਗਾ। ਕੀ ਬਣ ਕੇ ਜਾਏਂਗਾ ਹੁਣ ਦੱਸ? ਕਿਵੇਂ ਲੱਗਦਾ ਮੈਂ? ਇੱਦਾਂ ਲੱਗਦਾ ਸਹੁਰੇ ਚੱਲਿਆ ਨਹੀਂ, ਸਹੁਰਿਆਂ ਤੋਂ ਝਾਟਾ ਪਟਾ ਕੇ ਵਾਪਸ ਮੁੜੇ ਆ। ਹੁਣ ਦੱਸ ਕਿਵੇਂ ਲੱਗਦਾ? ਆ ਤਿਲ ਲਾ ਕੇ ਨਾ, ਤਿਲ ਭਰ ਵੀ ਫਰਕ ਨਹੀਂ ਪਿਆ ਤੇਰੇ 'ਚ। ਲੈ ਹੁਣ ਦੱਸ, ਪਛਾਣਿਆ ਨਾ? ਮੱਸੇ ਨਾਲ ਵੀ ਨਾ ਮਾਸਾ ਨਹੀਂ ਫਰਕ ਪਿਆ ਭਾਈ ਜਾਨ। ਲੈ ਹੁਣ ਫਰਕ ਪਿਆ? ਦੁੱਕੀ ਦਾ ਫਰਕ ਨਹੀਂ ਪਿਆ, ਅਗਲਿਆਂ ਜਾਂਦੇ ਮੁੱਛ ਪੱਟ ਕੇ ਹੱਥ ਫੜਾ ਦੇਣੀ ਤੇਰੇ। ਹੁਣ ਕਿੱਦਾਂ ਲੱਗਦਾ? ਹੁਣ ਅੱਖਾਂ ਦੇ ਨਹੀਂ, ਅਕਲ ਦਾ ਵੀ ਅੰਨਾ ਲੱਗਦਾ। ਉਹ ਇਹੋ ਜਿਹੇ ਨਸ਼ੇੜੀ ਨਾ ਕੋਈ ਆਪਣੀ ਬੱਚੀ ਭੇਜ ਦੇਗਾ, ਤੈਨੂੰ ਗੱਡੀ 'ਚ ਬਹਿਣ ਨਹੀਂ ਦਿੰਦੇ, ਗੱਡੀ ਦੇ ਥੱਲੇ ਦੇ ਕੇ ਭਾਵੇਂ ਮਾਰ ਦੇਣ। ਪਰ ਹੁਣ ਹੋਰ ਦੱਸ ਮੈਂ ਕੀ ਕਰਾਂ? ਮੈਂ ਦੱਸਦਾ,